ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਪਹਿਲੀ ਲਿਖਤ ਆਈ ਹੈ ਗੁਰਵਿੰਦਰ ਸਿੰਘ ਜੀ ਦੀ ਪੈਰਿਸ ਤੋਂ, ਲਿਖਦੇ ਹਨ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਡਾਕਟਰ ਅਮਰਜੀਤ ਸਿੰਘ ਜੀ ਤੇ ਹੋਰ ਸਾਰੇ ਵੀਰ ਭੈਣਾਂ ਨੂੰ, ਮੈਂ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਜੋ ਕਿ ਹਿੰਦੂ ਤਵੀ ਦੀ ਗਲਤ ਸੋਚ ਦੇ ਧਾਰਨੀ ਹਨ। ਮੈਂ ਇੱਕ ਪੋਸਟ ਤੇ ਕਮੈਂਟ ਕੀਤਾ ਸੀ ਕਿ ਮੈਂ ਇੰਡੀਅਨ ਆਰਮੀ ਨੂੰ ਲਾਈਕ ਨਹੀਂ ਕਰਦਾ, ਉਸ ਉੱਪਰ ਬਹੁਤ ਸਾਰੇ ਲੋਕ ਮੇਰੇ ਖਿਲਾਫ ਬੋਲੇ, ਕੁਝ ਕਸ਼ਮੀਰੀ ਤਾਮਿਲ ਸਿੱਖ ਵੀਰ ਤੇ ਕੁਝ ਹੋਰ ਮੇਰੀ ਆਵਾਜ਼ ਦੇ ਹੱਕ ਵਿੱਚ ਬੋਲੇ, ਕੁਝ ਨੇ ਮੈਨੂੰ ਮਾਰ ਦੇਣ ਦੀ ਗੱਲ ਕਹੀ ਤੇ ਕੁਝ ਨੇ ਮੈਨੂੰ ਗਾਲਾਂ ਕੱਢੀਆਂ, ਕੁਝ ਨੇ ਮੇਰੀ ਬਾਂਹ ਵੀ ਫੜੀ। ਇੱਕ ਹਿੰਦੂ ਭੈਣ ਨੇ ਤਾਂ ਮੇਰੇ ਉੱਪਰ ਕੇਸ ਕਰਨ ਦੀ ਤਿਆਰੀ ਵੀ ਕਰ ਲਈ ਸੀ। ਕੁਝ ਟਾਈਮ ਤਾਂ ਮੈਂ ਇਸ ਲੜਾਈ ਤੋਂ ਪਾਸਾ ਵੱਟ ਕੇ ਹਿੰਦੂ ਭੈਣ ਨੂੰ ਮੇਰੇ ਉੱਪਰ ਕੇਸ ਨਾ ਕਰਨ ਦੀ ਅਪੀਲ ਕੀਤੀ ਤੇ ਉਸਦੀ ਗੱਲ ਮੰਨ ਲਈ, ਪਰ ਉਸ ਦਿਨ ਤੋਂ ਬਾਅਦ ਮੈਂ ਆਪਣੇ ਆਪ ਨੂੰ ਝੁਕਿਆ ਹੋਇਆ ਸਮਝਣ ਲੱਗ ਪਿਆ। ਫਿਰ ਕੁਝ ਦਿਨਾਂ ਬਾਅਦ ਮੈਂ ਉਸੇ ਹੀ ਬਾਗੀ ਸਿੱਖ ਦੇ ਰੂਪ ਵਿੱਚ ਵਾਪਸ ਆਉਣ ਲੱਗਾ ਤਾਂ ਫਿਰ ਆਪਣੀ ਕੀਤੀ ਤੇ ਸ਼ਰਮਿੰਦਾ ਸੀ ਕਿ ਤੂੰ ਸਿੱਖ ਹੋ ਕੇ ਜ਼ਾਲਮ ਅੱਗੇ ਝੁਕ ਗਿਆ। ਫਿਰ ਉਸ ਹਿੰਦੂ ਸਿਸਟਰ ਨੂੰ ਕਿਹਾ ਕਿ ਮੈਂ ਬਿਲਕੁਲ ਸਹੀ ਰਾਹ ਤੇ ਹਾਂ, ਮੈਂ ਉਸ ਆਰਮੀ ਨੂੰ ਪਸੰਦ ਨਹੀਂ ਕਰਦਾ ਜਿਸ ਨੇ ਸਿੱਖ ਕਸ਼ਮੀਰ ਅਤੇ ਤਾਮਿਲ ਵੀਰਾਂ ਨੂੰ ਮਾਰਿਆ ਹੋਵੇ। ਤੂੰ ਜੋ ਕੁਝ ਵੀ ਕਰਨਾ ਹੈ ਕਰ ਲੈ, ਅਸੀਂ ਆਪਣੇ ਇਰਾਦੇ ਤੇ ਪੱਕੇ ਰਹਾਂਗੇ, ਅਸੀਂ ਜ਼ਾਲਿਮ ਅਤੇ ਜ਼ੁਲਮ ਦੇ ਖਿਲਾਫ ਪੂਰੀ ਬੁਲੰਦ ਆਵਾਜ਼ ਵਿੱਚ ਬੋਲਾਂਗੇ, ਚਾਹੇ ਕੋਈ ਵੀ ਚਾਹੇ ਕੁਝ ਵੀ ਹੋ ਜਾਵੇ। ਮੈਂ ਆਪਣੀ ਗੱਲ ਤੇ ਕਾਇਮ ਹਾਂ, ਤੂੰ ਕੇਸ ਕਰ, ਮੈਨੂੰ ਜੇਲ੍ਹ ਵਿੱਚ ਸੁੱਟ ਤੇ ਭਾਵੇਂ ਜੋ ਮਰਜ਼ੀ ਕਰ, ਮੈਂ ਕਾਇਮ ਹਾਂ ਆਪਣੀ ਗੱਲ ਤੇ। ਉਸ ਦਿਨ ਤੋਂ ਬਾਅਦ ਫਿਰ ਤੂੰ, ਮੈਂ ਪਾਵਰ ਵਿੱਚ ਹਾਂ ਤੇ ਚੈਨ ਦੀ ਨੀਂਦ ਸੌਂਦਾ ਹਾਂ, ਕਿਉਂਕਿ ਹੁਣ ਮੈਂ ਝੁਕਿਆ ਹੋਇਆ ਨਹੀਂ ਹਾਂ ਤੇ ਮੈਂ ਸਿੱਖੀ ਨੂੰ ਪਿਆਰ ਕਰਦਾ ਹਾਂ, ਖਾਲਿਸਤਾਨ ਲਈ ਜੰਗ ਵਿੱਚ ਉਹਨਾਂ ਵੀਰਾਂ ਨਾਲ ਹਾਂ ਜੋ ਇਸ ਰਾਹ ਤੇ ਹਨ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੀ ਆਵਾਜ਼ ਹੋ ਤੇ ਮੇਰੀ ਇਸ ਗੱਲ ਦਾ ਜਵਾਬ ਜ਼ਰੂਰ ਦੇਣਾ ਤੇ ਮੈਨੂੰ ਸਹੀ ਰਾਹ ਦੱਸਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜ਼ਿੰਦਾਬਾਦ ਜੀ। ਜ਼ਿੰਦਾਬਾਦ ਜ਼ਿੰਦਾਬਾਦ। ਇਹ ਪੈਰਿਸ ਵਾਲੇ ਵੀਰ ਬੜੀਆਂ ਸਿਆਣੀਆਂ ਗੱਲਾਂ ਲਿਖਦੇ ਹੁੰਦੇ ਨੇ, ਅੱਜ ਮੈਨੂੰ ਨਹੀਂ ਸਮਝ ਆਉਂਦਾ ਵੀ ਮੈਂ ਇਹਦਾ ਜਵਾਬ ਕੀ ਦਿਆਂ। ਵੀਰ ਗੁਰਵਿੰਦਰ ਸਿੰਘ ਜੀ ਨੇ ਸਾਨੂੰ ਲਿਖਿਆ ਔਰ ਇਹ ਤਾਂ ਘੁਰਕੀ ਤੋਂ ਹੀ ਡਰ ਗਏ ਮਾਈ ਦੀ। ਸੋ ਪਹਿਲੀ ਗੱਲ ਤਾਂ ਇਸ ਗੱਲ ਦਾ ਧਿਆਨ ਰੱਖੀਏ ਕਿ ਇੰਟਰਨੈਟ ਦੇ ਉੱਤੇ ਬਹੁਤ ਸਾਰੀਆਂ ਜਾਅਲੀ ਆਈ ਡੀਜ਼ ਦੇ ਨਾਲ ਇਹਨਾਂ ਦੇ ਜਿਹੜੇ ਏਜੰਟ ਨੇ ਉਹ ਬੈਠੇ ਹੋਏ ਨੇ। ਫੇਸਬੁੱਕ ਦੇ ਉੱਤੇ ਇਹਨਾਂ ਦੀ ਸ਼ਰਾਰਤ ਦੀਆਂ ਕੁਛ ਘਟਨਾਵਾਂ ਸਾਡੇ ਨੋਟਿਸ 'ਚ ਆਈਆਂ ਨੇ, ਪਹਿਲਾਂ ਵੀ ਹੈ ਔਰ ਖਾਸ ਤੌਰ 'ਤੇ ਜਿਵੇਂ ਜਿਹੜੀਆਂ ਸਿੱਖ ਬੀਬੀਆਂ ਕਿਸੇ ਪਾਸਿਓਂ ਵੀ ਐਕਟਿਵ ਨੇ, ਜਿਵੇਂ ਬੀਬੀ ਤਜਿੰਦਰ ਕੌਰ ਜਿਹੜੇ ਉੱਥੋਂ ਵੋਇਸ ਆਫ ਖਾਲਸਾ ਦੇ ਐਂਕਰ ਵੀ ਨੇ ਔਰ ਸਾਡੇ ਨਾਲ ਵੀ ਇੱਕ ਪ੍ਰੋਗਰਾਮ ਉਹਨਾਂ ਦਾ ਬੁੱਧਵਾਰ ਹੁੰਦਾ ਹੈ ਵੋਇਸ ਆਫ ਖਾਲਸਾ 'ਤੇ, ਪਲੱਸ ਸਿੱਖਸ ਫਾਰ ਜਸਟਿਸ ਲਈ ਕਾਫੀ ਐਕਟਿਵਲੀ ਉਹ ਇਨਵੋਲਵ ਹੁੰਦੇ ਨੇ। ਉਹਨਾਂ ਨੇ ਵੀ ਜਦੋਂ ਕੋਈ ਮਜ਼ਬੂਤ ਸਟੈਂਡ ਲਿਆ ਔਰ ਬੜੇ ਘਟੀਆ ਲੈਵਲ 'ਤੇ ਜਾ ਕੇ ਜਿਹੜਾ ਇਹਨਾਂ ਦੇ ਵਿਰੋਧ ਲਾਈਨ ਹੁੰਦੀ ਹੈ ਔਰ ਕਈ ਵਾਰ ਕਿਉਂਕਿ ਇਹ ਇੱਕ ਜਿਹੜਾ ਇੰਟਰਨੈਟ ਹੈ ਜਾਂ ਫੇਸਬੁੱਕ ਹੈ ਜਾਂ ਫੋਰ ਦੈਟ ਰੀਜ਼ਨ ਇਹ ਸਾਰਾ ਸੋਸ਼ਲ ਮੀਡੀਆ ਹੈ, ਇਹ ਇੱਕ ਖੁੱਲ੍ਹਾ ਜਿਹਾ ਵਾਹਣ ਹੈ, ਉਹਦੇ 'ਚ ਕੌਣ ਕਿੱਥੇ ਬੈਠਾ, ਘਾਤ ਲਾ ਕੇ ਬੈਠਾ, ਕਿਹਦੀ ਕਲਿਪਿੰਗ ਕਿੱਥੋਂ ਕੱਟੀ, ਕਿਹਦੇ ਨਾਲ ਲਾਈ, ਕਿਹਨੂੰ ਜਿਹੜਾ ਉਹ ਨੈਗੇਟਿਵ ਇਮੇਜ ਬਣਾਇਆ, ਕਿੰਨੇ ਫਲੱਡ ਕਰ ਦਿੱਤਾ, ਕਿਹਨਾਂ ਦੀਆਂ ਈਮੇਲਸ ਹੈਕ ਕਰ ਲਈਆਂ, ਇਹ ਇੱਕ ਕੋਮਨ ਜਿਹੀ ਗੱਲ ਹੈ। ਸੋ ਮੈਂ ਸਮਝਦਾ ਹਾਂ ਵੀ ਪਹਿਲੀ ਗੱਲ ਤਾਂ ਜਦੋਂ ਵੀ, ਔਰ ਮੈਂ ਇਸ ਲਈ ਫੈਨ ਨਹੀਂ ਹੈ ਕਦੇ ਇਹਨਾਂ ਦੇ ਨਾਲ ਜਿਹੜੇ ਤੁਹਾਡੇ ਨਾਲ ਈਮੇਲਾਂ 'ਤੇ ਜਾਂ ਫੇਸਬੁੱਕ ਜਾਂ ਦੂਜੇ 'ਤੇ ਡਿਬੇਟ ਕਰਨਾ ਚਾਹੁੰਦੇ ਨੇ, ਕਿਉਂਕਿ ਸਾਨੂੰ ਪਤਾ ਨਹੀਂ ਹੁੰਦਾ ਵੀ ਦੂਸਰੀ ਸਾਈਡ 'ਤੇ ਕੌਣ ਹੈ ਔਰ ਇਹ ਇਸ ਕਿਸਮ ਦੇ ਸਾਜ਼ਿਸ਼ੀ ਲੋਕ ਨੇ। ਸੋ ਮੈਂ ਸਮਝਦਾ ਵੀ ਤੁਸੀਂ ਜੋ ਭਾਰਤੀ ਫੌਜ ਬਾਰੇ ਕਿਹਾ ਉਹ ਤਾਂ ਉਹਦੇ 'ਚ ਕੋਈ ਗਲਤ ਗੱਲ ਨਹੀਂ ਹੈ, ਜੋ ਉੱਤਰ ਪੂਰਬ 'ਚ ਭਾਰਤੀ ਫੌਜ ਨੇ ਨਾਗਿਆਂ ਨਾਲ
ਮਨੀਪੁਰ ਵਾਲਿਆਂ ਨਾਲ, ਮੀਜ਼ੋਆਂ ਨਾਲ ਕੀਤਾ, ਜੋ ਪੰਜਾਬ ਦੇ ਵਿੱਚ ਫੌਜ ਨੇ ਜੂਨ 84 ਤੋਂ ਲੈ ਕੇ ਲਗਾਤਾਰਤਾ ਨਾਲ ਕੀਤਾ, ਜੋ ਕਸ਼ਮੀਰ 'ਚ 7 ਲੱਖ ਫੌਜ ਜਿਹੜੀ ਬਿਠਾਈ ਹੋਈ ਹੈ ਉਹ ਕਰ ਰਹੀ ਹੈ, ਜੋ ਇਸ ਵੇਲੇ ਇਹਨਾਂ ਨੇ ਜਿਹੜਾ ਨਕਸਲਾਈਟ, ਜਿਹਨਾਂ ਨੂੰ ਬਦਨਾਮ ਕਰਨ ਲਈ ਸ਼ਬਦ ਜ਼ਿਆਦਾ ਇਸਤੇਮਾਲ ਹੁੰਦਾ, ਰਾਦਰ ਦੈਨ ਇਹ ਕਹਿਣ ਦੇ ਕਿ ਅਸੀਂ ਜਿਹਨਾਂ ਟ੍ਰਾਈਬਲਸ ਦੀਆਂ ਜ਼ਮੀਨਾਂ ਖੋਹੀਆਂ ਨੇ ਇਹ ਵੱਡੀਆਂ ਬਿਗ ਕਾਰਪੋਰੇਸ਼ਨਾਂ ਨੂੰ ਖੁਸ਼ ਕਰਨ ਲਈ, ਉਹ ਸੰਘਰਸ਼ ਦੇ ਰਸਤੇ 'ਤੇ ਨੇ। ਉੱਥੇ ਫੌਜ ਦਾ ਇਸਤੇਮਾਲ, ਹੈਲੀਕਾਪਟਰਾਂ ਦਾ ਇਸਤੇਮਾਲ, ਡਰੋਨਸ ਦਾ ਇਸਤੇਮਾਲ ਪੂਰੀ ਜਿਹੜੀ ਹੈ ਬੇਸ਼ਰਮੀ ਦੇ ਨਾਲ ਕਰ ਰਹੇ ਨੇ, ਔਰ ਹਰ ਥਾਂ 'ਤੇ ਇਹਨਾਂ ਨੇ ਇੰਟਰਨਲ ਜਿਹੜਾ ਦੇਸ਼ ਦੇ ਵਿੱਚ ਫੌਜਾਂ ਬਾਰਡਰ ਦੇ ਉੱਤੇ ਰੱਖ ਹੀ ਲਈ ਹੁੰਦੀਆਂ ਨੇ ਸਰਹੱਦ, ਪਰ ਇਹਨਾਂ ਨੇ ਇਸਤੇਮਾਲ ਕੀਤਾ। ਸੋ ਮੈਂ ਸਮਝਦਾ ਵੀ ਪਹਿਲੀ ਸਟੇਜ 'ਤੇ ਹੀ ਤੁਹਾਡੇ ਕੋਈ ਝੁਕਣ ਵਾਲੀ ਗੱਲ ਨਹੀਂ ਸੀ, ਕੌਣ ਕਿਹਦੇ 'ਤੇ ਕੇਸ ਕਰਦਾ, ਔਰ ਅੱਜ ਤੱਕ ਜਿਹੜਾ ਈਵਨ ਇਹ ਜਿਹੜੇ ਸਾਈਬਰ ਲਾਅ ਨੇ ਇਸ ਬਾਰੇ ਈਵਨ ਅਮਰੀਕਨ ਕਾਂਗਰਸ ਅਜੇ ਤੱਕ ਨਹੀਂ ਪਾਸ ਕਰ ਸਕੀ, ਇੰਟਰਨੈਸ਼ਨਲ ਲਾਅ ਦੀ ਇਹ ਜ਼ੱਦ 'ਚ ਨਹੀਂ ਆਉਂਦੇ। ਬਹੁਤ ਵਾਰ ਤੁਸੀਂ ਵੱਧ ਤੋਂ ਵੱਧ ਇਹ ਕਰ ਜੋ ਇੰਡੀਅਨ ਗੌਰਮੈਂਟ ਕਰਦੀ ਹੈ ਕਿ ਉਹਨਾਂ ਨੇ ਜਦੋਂ ਦੇਖਿਆ ਕਿ ਵੀ ਉਹਨਾਂ ਦੇ ਖਿਲਾਫ਼ ਹਾਲਾਂ ਤੁਸੀਂ ਜੈਨੂਅਨ ਫੈਕਟ ਦੇ ਰਹੇ ਹੋ, ਉਹਨਾਂ ਨੂੰ ਲਿਖ ਕੇ ਅਤੇ ਉਹ ਤੁਹਾਨੂੰ ਜਿਹੜਾ ਉਹਦੇ ਤੋਂ ਪੇਜ ਲਵਾ ਦਿੰਦੇ ਨੇ ਜਾਂ ਉਹਦੇ ਪੇਜ 'ਤੇ ਪਾਬੰਦੀ ਲਾ ਦਿੰਦੇ ਨੇ। ਔਰ ਇਸੇ ਤਰ੍ਹਾਂ ਜੇ ਕੋਈ ਤੁਹਾਡੇ ਖਿਲਾਫ਼ ਨੈਗੇਟਿਵ ਪੋਸਟ ਜਾਂ ਨੈਗੇਟਿਵ ਇਮੇਜ ਬਣਾ ਕੇ ਤੁਹਾਨੂੰ ਬਦਨਾਮ ਕਰਨਾ ਚਾਹੁੰਦਾ ਹੈ, ਵੱਧ ਤੋਂ ਵੱਧ ਇੱਥੇ ਤੁਸੀਂ ਪੁਲਿਸ ਕੋਲ ਵੀ ਜਾਓਗੇ, ਉਹਨਾਂ ਦੇ ਜੱਦ 'ਚ ਨਹੀਂ ਆਉਂਦਾ ਹੈ। ਤੁਸੀਂ ਜਿਹੜਾ ਉਹਨਾਂ ਨੂੰ ਫੇਸਬੁੱਕ ਐਡਮਿਨਿਸਟ੍ਰੇਟਰ ਦੂਜੇ ਤੀਜੇ ਰਾਹੀਂ ਉਹਨੂੰ ਪੇਜ ਨੂੰ ਡਾਊਨ ਕਰਾ ਸਕਦੇ ਹੋ, ਪਰ ਇੱਦਾਂ ਦੀਆਂ ਨੇ 100-100 IDs ਬਣਾਈਆਂ ਹੁੰਦੀਆਂ ਨੇ। ਅਸੀਂ ਤਾਂ ਦੇਖਿਆ ਕਿ ਕਿਸ ਕਿਸਮ ਦਾ ਸਾਡੇ ਖਿਲਾਫ਼ 25-30 ਸਾਲ 'ਚ, ਔਰ ਮੈਨੂੰ ਯਾਦ ਹੈ ਹੁਣ ਉਹ ਬੀਬੀ ਨਹੀਂ ਹੈ ਉਸ ਵੈਬਸਾਈਟ ਨੂੰ ਰਨ ਕਰਦੀ ਪੰਜਾਬ ਸਪੈਕਟਰਮ, ਅਤੇ ਉਹਨਾਂ ਨੇ ਮੈਨੂੰ ਇੱਕ ਖਾਸ ਬੰਦੇ ਦਾ ਜਿਹੜਾ ਇੱਥੇ ਕੈਟ ਹੈ ਹੁਣ ਬਾਦਲ ਅਕਾਲੀ ਦਲ ਦਾ, ਉਹਨੂੰ ਅਹੁਦੇਦਾਰ ਬਣਾਇਆ, ਉਹਦਾ ਉਹਨੇ ਕਿਹਾ, ਉਹਨੇ ਕਿਹਾ ਜੀ ਮੈਂ ਉਹਦੀਆਂ 15 IDs ਬਲੌਕ ਕੀਤੀਆਂ, ਉਹ ਨਵੀਂ ID ਬਣਾ ਕੇ ਫਿਰ ਵੜ ਜਾਂਦਾ। ਸੋ ਔਰ ਇਹ ਜ਼ਾਹਰ ਹੈ ਵੀ ਇਸ ਕਿਸਮ ਦੇ ਲੋਕ ਜਿਹੜੇ ਜਾਲੀ ਔਰ ਜਿਹੜੇ ਨੇ ਉਹ ਇਹ ਕੰਮ ਕਰਦੇ ਨੇ। ਸੋ ਮੈਂ ਸਮਝਦਾ ਵੀ ਤੁਸੀਂ ਠੀਕ ਕੀਤਾ, ਤੁਸੀਂ ਆਪਣੇ ਰਸਤੇ 'ਤੇ ਆ ਗਏ ਹੋ, ਬੀ ਵੈਰੀ ਕੇਅਰਫੁੱਲ ਜਦੋਂ ਤੁਸੀਂ ਜੋ ਕਹਿੰਦੇ ਹੋ ਕੋਈ ਵੀ ਹਿੰਸਾ ਦੀ। ਔਰ ਦੂਸਰਾ, ਔਰ ਈਵਨ ਅਮਰੀਕਾ ਦਾ ਵੀ ਮੈਂ ਦੇਖ ਰਿਹਾ ਸੀ, ਇਹਨਾਂ ਨੇ ਜਿਹੜੀ ਹੁਣ ਨਵੀਂ ਵੀਜ਼ਾ ਸਕੀਮ ਬਣਾਈ ਹੈ ਕੁਛ ਦੇਸ਼ਾਂ ਤੋਂ ਇੰਸਟੈਂਟ ਵੀਜ਼ਾ ਦੇਣ ਦੀ, ਉਹਦੇ 'ਚ ਜਿੱਥੇ ਅੱਗੇ ਤੁਹਾਡੀ ਫੋਟੋ ਜਾਂ ਫਿੰਗਰਪ੍ਰਿੰਟਸ ਲੈਂਦੇ ਸੀ, ਹੁਣ ਉਹ ਇਹ ਕਹਿੰਦੇ ਨੇ ਕਿ ਤੁਹਾਡਾ ਸੋਸ਼ਲ ਨੈਟਵਰਕਿੰਗ ਦੇ ਉੱਤੇ ਤੁਹਾਡੇ ਜਿਹੜੇ ਨੇ ਦਿਓ, ਤੁਹਾਡਾ ਫੇਸਬੁੱਕ ਕਨੈਕਸ਼ਨ ਕੀ ਹੈ, ਦੂਸਰਾ ਕੀ ਹੈ, ਕਿਉਂਕਿ ਇਹ ਦੇਖਣਾ ਚਾਹੁੰਦੇ ਨੇ ਕਿ ਜਿਹੜੇ ਮੁਲਕਾਂ ਤੋਂ ਆਏ ਨੇ ਕਿਤੇ ਉੱਥੇ ਬੈਠ ਕੇ ਇਹ ਕੋਈ ਟੈਰਰਿਜ਼ਮ ਜਾਂ ਦੂਸਰੇ ਨੂੰ ਤਾਂ ਨਹੀਂ ਪ੍ਰਮੋਟ ਕਰਦੇ। ਸੋ ਸਾਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਵੀ ਅਸੀਂ ਕੀ ਪੋਸਟ ਕਰਦੇ ਹਾਂ, ਔਰ ਇਹ ਇਕੱਲਾ ਇਹਨਾਂ ਦੇ ਐਂਗਲ ਤੋਂ ਨਹੀਂ, ਭਾਰਤੀ ਏਜੰਸੀਆਂ ਮੋਨੀਟਰ ਕਰਦੀਆਂ, ਇਹਨਾਂ ਨੇ ਆਪਣੇ ਤਾਂ ਰੱਖੇ ਹੋਏ ਨੇ ਗੰਦ ਖਿਲਾਰਨ ਲਈ, ਭੜਕਾਟ ਪੈਦਾ ਕਰਨ ਲਈ ਜਾਂ ਬਦਨਾਮ ਕਰਨ ਲਈ ਕੋਈ ਗਲਤ ਇਮੇਜ ਵਰਤ ਕੇ, ਪਰ ਦੂਜੇ ਪਾਸੇ ਜਿਹੜੀਆਂ ਸਿੱਖਾਂ ਦੀਆਂ ਜੈਨੂਇਨ ਐਕਟੀਵਿਸਟ ਦੀਆਂ ID ਨੇ ਉਹਨਾਂ ਨੂੰ ਮੋਨੀਟਰ ਕਰਦੇ ਨੇ ਉਹਨਾਂ ਦੀਆਂ ਪੋਸਟ ਨੂੰ, ਤਾਂ ਕਿ ਉਹਨਾਂ ਦੇ ਖਿਲਾਫ਼ ਫਿਰ ਇਹ ਸ਼ਿਕਾਇਤ ਵੀ ਕਰਦੇ ਨੇ, ਔਰ ਜਿਹੜੇ ਪੰਜਾਬ 'ਚ ਕੁਛ ਲਿਖਣ ਵਾਲੇ ਸੀ ਉਹਨਾਂ ਦੇ ਖਿਲਾਫ਼ ਦੇਸ਼ ਧਰੋਹ ਦੇ ਵੀ ਕੇਸ ਬਣਾਏ, ਜਿਵੇਂ ਪਪਲਪ੍ਰੀਤ ਸਿੰਘ ਉਹਨਾਂ ਦੇ ਉੱਤੇ ਸੈਡੀਸ਼ਨ ਲਾ ਦਿੱਤਾ ਸੀ, ਉਹ ਪੋਸਟ ਕਰਦੇ ਸੀ। ਸੋ ਕੁੱਲ ਮਿਲਾ ਕੇ ਸਾਨੂੰ ਵੀ ਨੀਡ ਟੂ ਬੀ ਵੈਰੀ ਕੇਅਰਫੁੱਲ, ਇਹ ਜਿਹੜੇ ਸਾਰੇ ਵਹੀਕਲ ਨੇ ਭਾਵੇਂ ਇਨਫੋਰਮੇਸ਼ਨ ਲੈਣ ਲਈ ਠੀਕ ਹੈ, ਪਰ ਇਹ ਬਦਨਾਮ ਕਰਨ ਲਈ ਵੀ, ਡੀਫੇਮ ਕਰਨ ਲਈ, ਗਲਤ ਜਾਣਕਾਰੀ ਦੇਣ ਲਈ ਵੀ ਇਹ ਪਲੇਟਫਾਰਮ ਬਣੇ ਹੋਏ ਨੇ। ਸੋ ਤੁਸੀਂ ਹੁਣ ਠੀਕ ਰਸਤੇ 'ਤੇ ਆ ਗਏ ਹੋ, ਇਹੀ ਗੱਲ ਹੈ, ਖਲੋਤੇ ਰਹੋ ਮਜ਼ਬੂਤੀ ਦੇ ਨਾਲ, ਅਜੇ ਤਾਂ ਉਂਗਲਾਂ ਦੀ ਲੜਾਈ 'ਚ ਅਸੀਂ ਘਬਰਾਉਣ ਲੱਗ ਗਏ, ਜਦੋਂ ਅਸਲੀ ਰਣਤੱਤੇ ਦੀ ਲੜਾਈ ਹੋਏਗੀ ਫਿਰ ਕੀ ਹੋਏਗਾ। ਜੀ ਰਾਜਾ, ਬਹੁਤ ਬਹੁਤ ਸ਼ੁਕਰੀਆ ਇਹਨਾਂ ਨੇ ਸਾਨੂੰ। ਜੀ ਰਾਜਾ, ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।